ਮੈਨੂੰ ਜੋ ਕੁਝ ਚਾਹੀਦਾ ਯਸ਼ੂ ਨੂੰ ਕਹਿਣਾ ਏ। ਹਾਲੇਲੂਇਆ। ਮੈਨੂੰ ਜੋ ਕੁਝ ਚਾਹੀਦਾ ਯਸ਼ੂ ਨੂੰ ਕਹਿਣਾ ਏ। ਨਾ ਆਸ ਰੱਖਾਂ ਦੁਨੀਆ ਤੇ ਨਾ ਆਸਰਾ ਲੈਣਾ ਏ। ਨਾ ਆਸ ਰੱਖਾਂ ਦੁਨੀਆ ਤੇ ਨਾ ਆਸਰਾ ਲੈਣਾ ਏ। ਮੈਨੂੰ ਜੋ ਕੁਝ ਚਾਹੀਦਾ ਯਸ਼ੂ ਨੂੰ ਕਹਿਣਾ। ਜਿੱਥੋਂ ਰਾਜੇ ਵੀ ਮੰਗਦੇ ਉਹਦੇ ਦਰ ਤੋਂ ਮੰਗਣੇ ਤੋਂ ਕੰਗਾਲ ਨਹੀਂ ਸੰਗਦੇ। ਮੈਂ ਉੱਥੋਂ ਮੰਗਣਾ ਜਿੱਥੋਂ ਰਾਜੇ ਵੀ ਮੰਗਦੇ ਉਹਦੇ ਦਰ ਤੋਂ ਮੰਗਣੇ ਤੋਂ ਕੰਗਾਲ ਨਹੀਂ ਸੰਗਦੇ। ਫਿਰ ਉਹ ਦੇਵੇ ਨਾ ਦੇਵੇ ਉਹ ਦੇਵੇ ਨਾ ਦੇਵੇ ਉਹਦੀ ਰਜ਼ਾ ਚ ਰਹਿਣਾ ਏ। ਮੈਨੂੰ ਜੋ ਕੁਝ ਚਾਹੀਦਾ ਯਸ਼ੂ ਨੂੰ ਕਹਿਣਾ। ਤੇ ਮੈਨੂੰ ਜੋ ਕੁਝ ਚਾਹੀਦਾ ਯਸ਼ੂ ਨੂੰ ਕਹਿਣਾ ਏ। ਮੇਰਾ ਯਸੂ ਜਾਣਦਾ ਏ ਸਭ ਮੇਰੀਆਂ ਅਰਸਾਂ ਨੂੰ ਉਹ ਪੂਰਾ ਸਭ ਮੇਰੀਆਂ ਗਰਜ਼ਾਂ ਨੂੰ। ਮੈਂ ਵਾਂਗ ਸਵਾਲੀਆਂ ਦੇ ਮੈਂ ਵਾਂਗ ਸਵਾਲੀਆਂ ਦੇ ਉਹਦੇ ਦਰ ਤੇ ਬਹਿਣਾ ਏ। ਮੈਨੂੰ ਜੋ ਕੁਝ ਚਾਹੀਦਾ ਯਸੂ ਨੂੰ ਕਹਿਣਾ। ਮੈਨੂੰ ਜੋ ਕੁਝ ਚਾਹੀਦਾ ਯਸੂ ਨੂੰ ਕਹਿਣਾ ਏ। ਨਾ ਆਸ ਰੱਖਾਂ ਦੁਨੀਆ ਤੇ ਨਾ ਆਸਰਾ ਲੈਣਾ ਏ। ਕਿੰਨੇ ਜਣੇ ਜਿਹੜੇ ਸਿਰਫ ਯਸ਼ੂ ਮਸੀਹ ਤੇ ਆਸ ਰੱਖਦੇ ਨੇ, ਕਿੰਨਿਆਂ ਦਾ ਭਰੋਸਾ ਸਿਰਫ ਯਸ਼ੂ ਮਸੀਹ ਦੇ ਉੱਤੇ ਆ? ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕੋਈ ਇਨਸਾਨ ਸਾਨੂੰ ਉਹ ਨਹੀਂ ਦੇ ਸਕਦਾ ਜੋ ਪਰਮੇਸ਼ਵਰ ਯਸ਼ੂ ਮਸੀਹ ਸਾਨੂੰ ਦੇ ਸਕਦਾ। ਇਸ ਕਰਕੇ ਬਾਈਬਲ ਚ ਲਿਖਿਆ, ਹਾਏ ਉਹਦੇ ਤੇ ਜਿਹੜਾ ਮਨੁੱਖਾਂ ਤੇ ਭਰੋਸਾ ਰੱਖਦਾ। ਮਨੁੱਖਾਂ ਤੇ ਭਰੋਸਾ ਰੱਖਣ ਨਾਲੋਂ ਚੰਗਾ ਖੁਦਾ ਤੇ ਭਰੋਸਾ ਰੱਖਿਆ ਜਾਵੇ ਜਿਹੜਾ ਸਭ ਕੁਝ ਮੁਹੱਈਆ ਕਰਦਾ। ਹਾਲੇਲੂਇਆ। ਕਿੰਨੇ ਜਣੇ ਉਹਦੇ ਤੇ ਭਰੋਸਾ ਰੱਖਦੇ ਨੇ ਔਰ ਉਹਦੇ ਤੋਂ ਮੰਗਦੇ ਨੇ? ਸੱਚਮੁੱਚ ਉਹਦੇ ਤੋਂ ਮੰਗਣਾ ਭਲਾ ਹੈ, ਕਿਉਂਕਿ ਉਹ ਜਾਣਦਾ ਤੁਹਾਨੂੰ ਕਿਹੜੀ ਵਸਤੂ ਦੀ ਜ਼ਰੂਰਤ ਹੈ। ਲਿਖਿਆ ਇਹ ਗੀਤ ਹੀ ਇਸ ਤਰ੍ਹਾਂ ਬਣਿਆ ਹੋਇਆ, ਨਾ ਆਸ ਰੱਖਾਂ ਦੁਨੀਆ ਤੇ ਨਾ ਆਸਰਾ ਲੈਣਾ। ਮੈਨੂੰ ਜੋ ਕੁਝ ਚਾਹੀਦਾ ਕਿਹਨੂੰ? ਯੇਸੂ ਨੂੰ। ਉੱਚੀ ਤਣੀ ਕਹਿੰਦੇ ਹੋਏ ਹਾਲੇਲੂਇਆ ਹਾਲੇਲੂਇਆ। ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਅੱਖਾਂ ਨੂੰ ਬੰਦ ਕਰਕੇ ਕਵਾਂਗੇ, ਪ੍ਰਭੂ ਮੈਨੂੰ ਜੋ ਕੁਝ ਚਾਹੀਦਾ ਮੈਂ ਤੈਨੂੰ ਹੀ ਕਹਿਣਾ, ਮੈਂ ਕਿਸੇ ਦੂਸਰੇ ਮਨੁੱਖ ਨੂੰ ਨਹੀਂ ਕਹਿਣਾ। ਪਰਮੇਸ਼ਵਰ ਮੇਰੀ ਹਰ ਲੋੜ ਦੇ ਵਾਸਤੇ ਪ੍ਰਭੂ ਮੈਂ ਤੈਨੂੰ ਕਹਿਣਾ। ਹਾਲੇਲੂਇਆ। ਮੈਨੂੰ ਜੋ ਕੁਝ ਚਾਹੀਦਾ
ਯਸੂ ਨੂੰ ਕਹਿਣਾ ਏ ਨਾ ਆਸ ਰੱਖਾਂ ਦੁਨੀਆ ਤੇ ਨਾ ਆਸਰਾ ਲੈਣਾ ਮੈਨੂੰ ਜੋ ਕੁਛ ਚਾਹੀਦਾ ਯਸੂ ਨੂੰ ਕਹਿਣਾ ਮੈਨੂੰ ਜੋ ਕੁਛ ਚਾਹੀਦਾ ਯਸੂ ਨੂੰ ਕਹਿ